ਮੈਨੂੰ ਤੋ ਸੋਣਾ ਦੱਸਣਾ ਜ਼ਰੂਰ ਪਵੇਗਾ ਅਬ ਜਦ ਜਦੋਂ ਅਸੀਂ ਅਰੇਬੀਅਨ ਲੈਂਗੁਏਜ ਨੂੰ ਡਿਜੀਟਲ ਦੇ ਵਿੱਚ ਕਨਵਰਟ ਕਰਦੇ ਆ ਨਾ ਕਿਉਂਕਿ ਸਾਡੇ ਚੋਂ ਪਛਾਈ ਗਿਆਨ ਖਤਮ ਹੁੰਦਾ ਜਾ ਰਿਹਾ ਔਰ ਸੱਚ ਜਾਣਿਓ ਅਸੀਂ ਸਿੱਖ ਜਿੰਨਾ ਭਾਸ਼ਾ ਦਾ ਆਪਣੀ ਮਾਂ ਬੋਲੀ ਦਾ ਵਿਨਾਸ਼ ਅੱਜ ਸਿੱਖ ਕਰ ਰਿਹਾ ਜੇ ਦੁਨੀਆ ਦੀ ਕੋਈ ਕੌਮ ਨਹੀਂ ਚ ਕਰ ਰਹੀ ਤਾਮਿਲ ਨੂੰ ਆਪਣੀ ਭਾਸ਼ਾ ਬੁਲੇਟ ਚ ਮਾਣ ਹੈ ਕੰਨੜ ਨੂੰ ਆਪਣੀ ਭਾਸ਼ਾ ਬੁਲੇਟ ਚ ਮਾਣ ਹੈ ਅਸਾਮੀ ਅਸਾਮੀ ਭਾਸ਼ਾ ਬੋਲਦਾ ਹੈ ਗੁਆ ਵਾਲੇ ਆਪਣੀ ਬੋਲਦੇ ਨੇ ਇੱਕ ਸਿੱਖ ਹੈ ਜਿਹੜਾ ਆਪਣੀ ਮਾਂ ਬੋਲੀ ਨੂੰ ਨਫ਼ਰਤ ਕਰਦਾ ਹੈ ਪੱਕੇਵਲ ਸਿੱਖ ਪਿੱਛੇ ਜਿਹਦੀ ਗੱਲ ਹੈ ਮੈਨੂੰ ਹਾਂਗਕਾਂਗ ਜਾਣਾ ਪਿਆ ਉੱਥੇ ਬਹੁਤ ਧਰਮਾਂ ਦੇ ਵਿਦਵਾਨ ਆਏ ਸੀ ਜਿਹੜੇ ਲੈਂਗੁਏਜ ਦੇ ਮਹਾਰਸੀ ਤੇ ਮੈਨੂੰ ਚੀਨ ਦੀ ਇੱਕ ਭਾਸ਼ਾ ਵਿਗਿਆਨੀ ਪੁੱਛਦੀ ਹੈ ਬੜਾ ਪਿਆਰਾ ਸਵਾਲ ਸੀ ਉਸ ਦਾ ਕਹਿੰਦੀ ਚੀਨ ਦੀ ਭਾਸ਼ਾ ਬਹੁਤ ਔਖੀ ਹੈ ਬੜੀ ਟਫ ਲੈਂਗੁਏਜ ਹੈ ਕਿਉਂਕਿ ਸਭ ਤੋਂ ਜ਼ਿਆਦਾ ਸ਼ਬਦ ਨੇ ਔਰ ਸਾਰੇ ਸਿੰਬੋਲਿਕ ਨੇ ਕਹਿੰਦੀ ਬੜੀ ਔਖੀ ਭਾਸ਼ਾ ਹੈ ਕਹਿੰਦੀ ਯੂਰੋਪੀਅਨ ਆਉਂਦੇ ਨੇ ਇੰਗਲੈਂਡ ਵਾਲੇ ਆਉਂਦੇ ਨੇ ਅਮਰੀਕੀ ਆਉਂਦੇ ਨੇ ਅਰਬੀ ਆਉਂਦੇ ਨੇ ਅਫਰੀਕੀ ਆਉਂਦੇ ਨੇ ਇਹਨੇ ਪੜੇ ਲਿਖੇ ਇੰਜੀਨੀਅਰ ਇੱਥੇ ਆ ਪਰ ਕਹਿੰਦੀ ਉਹ ਚੀਨੀ ਭਾਸ਼ਾ ਤਿੰਨ ਤਿੰਨ ਚਾਰ ਚਾਰ ਸਾਲ ਸਿੱਖਦੇ ਨੇ ਉਹਨਾਂ ਕੋ ਇੰਨੀ ਸੋਹਣੀ ਨਹੀਂ ਬੋਲੀ ਜਾਂਦੀ ਪਰ ਜਿਹੜੇ ਪੰਜਾਬ ਤੋਂ ਤੁਹਾਡੇ ਸਿੱਖ ਇੱਥੇ ਲੇਬਰ ਕਰਨ ਵਾਸਤੇ ਆਉਂਦੇ ਨੇ ਉਹ 6 ਮਹੀਨਿਆਂ ਦੇ ਵਿੱਚ ਹੀ ਸਿੱਖ ਜਾਂਦੇ ਨੇ ਉਹ ਇੰਨੀ ਸੋਹਣੀ ਭਾਸ਼ਾ ਕਿਉਂ ਬੋਲ ਲੈਂਦੇ ਨੇ ਉਹਦਾ ਕਾਰਨ ਕੀ ਹੈ ਕਿ ਚੀਨ ਦੀ ਭਾਸ਼ਾ ਦੇ ਵਿੱਚ ਨੰਗਾ ਅੱਖਰ ਦੀ ਵਰਤੋਂ ਸਭ ਤੋਂ ਵੱਧ ਹੈ ਜ਼ਿੰਗ ਜ਼ੈਂਗ ਜ਼ੋਂਗ ਨਿੰਗ ਨੌਂ ਨੰਗੇ ਅੱਖਰ ਦੀ ਵਰਤੋਂ ਬੜੀ ਹੈ ਔਰ ਗੰਗਾ ਅੱਖਰ ਅੰਗਰੇਜ਼ੀ ਦੇ ਵਿੱਚ ਹੈ ਨਹੀਂ ਵੈਸੇ ਅੰਗਰੇਜ਼ੀ ਭਾਸ਼ਾ 'ਚ ਸੰਪੂਰਨਤਾ ਨਹੀਂ ਹੈ ਇੰਟਰਨੈਸ਼ਨਲ ਲੈਂਗੁਏਜ ਹੈ ਸਾਨੂੰ ਵੀ ਬੋਲਣੀ ਪੈਂਦੀ ਹੈ ਪੜ੍ਹਨੀ ਵੀ ਪੈਂਦੀ ਹੈ ਮੈਂ ਵੀ ਬੋਲਦਾ ਹਾਂ ਪਰ ਸੰਪੂਰਨਤਾ ਨਹੀਂ ਹੈ ਅੰਗਰੇਜ਼ੀ 'ਚ ਤੁਸੀਂ ਸੜਕ ਨਹੀਂ ਲਿਖ ਸਕਦੇ ਕਿਉਂਕਿ ਡਾੜਾ ਅੱਖਰ ਨਹੀਂ ਹੈਗਾ ਜਦ ਤੁਸੀਂ ਸਰਰਕ ਲਿਖੋਗੇ ਜਾਂ ਸੜਕ ਲਿਖੋਗੇ ਤੁਸੀਂ ਨਹੀਂ ਲਿਖ ਸਕਦੇ ਤੁਸੀਂ ਸੀ ਐਚ ਮਿਲਾ ਕੇ ਛਿੱછા ਬਣਾਉਂਦੇ ਹੋ ਕਿਤੇ ਉਹ ਸੀ ਐਚ కెਮਿਸਟਰੀ ਬਣ ਜਾਂਦਾ ਕਿਤੇ ਚੋਪੜਾ ਬਣ ਜਾਂਦਾ ਇਹ ਸਮੱਸਿਆ ਹੈ ਉਸ ਭਾਸ਼ਾ ਦੀ ਉਸ ਭਾਸ਼ਾ ਦੀ ਸੰਪੂਰਨਤਾ ਨਹੀਂ ਹੈ ਉਹਦੇ 'ਚ ਸਾਡੀ ਮਾਂ ਬੋਲੀ 'ਚ ਸੰਪੂਰਨਤਾ ਹੈ ਦੁਨੀਆ ਦੀ ਕੋਈ ਐਸਾ ਬੋਲੀ ਤੇ ਜ਼ੁਬਾਨ ਦਾ ਵੱਲ ਨਹੀਂ ਜਿਹੜਾ ਸਾਡੀ ਮਾਂ ਬੋਲੀ 'ਚ ਨਾ ਹੋਵੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤਾਂ ਹੀ ਕਹਿਣਾ ਘਰ ਘਰ ਮੀਆਂ ਸਭਨਾ ਜੀਆ ਬੋਲੀ ਅਵਰ ਤੁਮਾਰੀ ਖੱਤਰੀਆਂ ਦਾ ਧਰਮ ਛੋੜਿਆ ਮਲੇਸ਼ ਪੱਕਿਆ ਕਹੀ ਅੱਜ ਸਾਡੀ ਆਪਣੀ ਮਾਂ ਬੋਲੀ ਸਾਡੇ ਘਰਾਂ 'ਚੋਂ ਖਤਮ ਹੁੰਦੀ ਜਾ ਰਹੀ ਹੈ ਅਸੀਂ ਮਾਣ ਮਹਿਸੂਸ ਕਰਦੇ ਮੈਂ ਕਿਸੇ ਭਾਸ਼ਾ ਦਾ ਵਿਰੋਧੀ ਨਹੀਂ ਆ ਕਿਉਂਕਿ ਮੈਂ ਤੇ ਚਾਹੁੰਦਾ ਸਿੱਖ ਨੂੰ ਹਰ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਮੈਂ ਜਿਸ ਦੇਸ਼ ਚ ਜਾਣਾ ਮੈਂ ਉੱਥੋਂ ਦੀ ਭਾਸ਼ਾ ਨੂੰ ਸਿੱਖਦਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਸ ਭਾਸ਼ਾ ਦੇ ਵਿੱਚ ਹੀ ਉਸ ਲਿਟਰੇਚਰ ਨੂੰ ਪੜਿਆ ਜਾਵੇ ਔਰ ਮਾਫ ਕਰਨਾ ਇੱਕ ਜਿਹੜਾ ਸਾਡੇ ਮਨ ਦੇ ਵਿੱਚ ਵਹਿਮ ਜਨਮ ਲੈ ਗਿਆ ਨਾ ਕਿ ਸ਼ਾਇਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਆਖਿਆ ਸੀ ਇੰਗਲਿਸ਼ ਚ ਪੜ ਸਕਦੇ ਆ ਇੰਗਲਿਸ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਆਖਿਆ ਨਹੀਂ ਹੋ ਸਕਦੀ ਬਸੰਤ ਰਾਗ ਦੇ ਦਿਨ ਲੰਗੇ ਨੇ ਤੁਸੀਂ ਸ਼ਬਦ ਸੁਣਦੇ ਰਹੋ ਮੌਲੀ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਮੌਲਿਆ ਸ਼ਬਦ ਦੀ ਅੰਗਰੇਜ਼ੀ ਕੀ ਕਰੋਗੇ ਕੋਈ ਸ਼ਬਦ ਨਹੀਂ ਕਰ ਸਕਦੇ ਤੁਸੀਂ ਮੈਂ ਤਾਂ ਹੀ ਕਿਹਾ ਨਾ ਕਿ ਚੀਨ ਦੇ ਵਿਦਵਾਨ ਕਹਿੰਦੇ ਨੇ ਕਿ ਜਿਹੜਾ ਸਿੱਖ ਹੈ ਚੀਨੀ ਭਾਸ਼ਾ ਨੂੰ ਬਹੁਤ ਵਧੀਆ ਬੋਲ ਲੈਂਦਾ ਮੈਨੂੰ ਸਵਾਲ ਕੀਤਾ ਕਿਉਂ ਬੋਲਦਾ ਤੇ ਮੈਂ ਉਹਨੂੰ ਕਿਹਾ ਬੀਬੀ ਤੁਹਾਡੀ ਭਾਸ਼ਾ ਦੇ ਵਿੱਚ 23% ਤੇ ਗੰਗਾ ਬੋਲਿਆ ਜਾਂਦਾ ਹੈ ਤੇ ਜਿਹੜਾ ਸਿੱਖ ਸਾਡਾ ਸਵੇਰੇ ਉੱਠ ਕੇ ਜਪ ਸਾਹਿਬ ਦਾ ਪਾਠ ਕਰਦਾ ਹਜ਼ਾਰਾਂ ਹੀ ਗੰਗੇ ਬੋਲ ਜਾਂਦਾ ਹੈ ਨਮਸਤੰ ਅਕਾਲੇ ਨਮਸਤੰ ਕਰਪਾਲੇ ਨਮਸਤਮ ਰੂਪੇ ਨਮਸਤੰ ਰੂਪੇ ਸਾਡਾ ਤਾਂ ਸਿੱਖ ਜਪ ਸਾਹਿਬ ਜੀ ਸਾਰੇ ਗੰਗੇ ਸਿੱਖ ਸਕਦਾ ਜਿੰਨੇ ਤੁਸੀਂ ਜਿੰਗ ਜਾਗ ਵਿੱਚ ਬੋਲਣੇ ਨੇ ਸਾਨੂੰ ਤਾਂ ਸਿੱਖਣ ਦੀ ਲੋੜ ਹੀ ਨਹੀਂ ਪੈਂਦੀ ਸਾਡੇ ਚ ਤੇ ਬਾਦਸ਼ਾਹ ਚ ਇੰਨੀ ਸੰਪੂਰਨਤਾ ਹੈ ਕਿ ਤੇ ਪਿਆਰ ਦੇ ਨਾਲ ਪੰਜਾਬੀ ਨੂੰ ਬੋਲੀਏ ਤੇ ਸਹੀ ਕਿਉਂ ਮਾਂ ਬੋਲੀ ਤੋਂ ਦੂਰ ਚਾ ਰਹੇ ਆ ਔਰ ਸੱਚ ਜਾਣਿਓ ਰਸੂਲ ਹਮਜ਼ਾ ਤੋਫ ਆਪਣੀ ਕਿਤਾਬ ਦਾਗਿਸਤਾਨ ਚ ਲਿਖਦਾ ਹੈ ਕਹਿੰਦਾ ਮੈਂ ਕਿਤੇ ਗਿਆ ਕਿਸੇ ਵਿਦੇਸ਼ ਦੇ ਵਿੱਚ ਤੇ ਕਹਿੰਦਾ 40 ਸਾਲ ਬਾਅਦ ਮੈਨੂੰ ਆਪਣੇ ਪਿੰਡ ਦਾ ਇੱਕ ਨੌਜਵਾਨ ਮਿਲਿਆ ਤੇ ਨੌਜਵਾਨ ਉਹ ਸੀ ਜਿਹੜਾ 40 ਸਾਲ ਪਹਿਲਾਂ ਪਿੰਡ ਚੋਂ ਆ ਚੁੱਕਾ ਸੀ ਤੇ ਪਿੰਡ ਵਾਲਿਆਂ ਨੇ ਉਹਦੇ ਮਰਨ ਦੀਆਂ ਰਸਮਾਂ ਵੀ ਕਰ ਦਿੱਤੀਆਂ ਸੀ ਤੇ ਕਹਿੰਦਾ ਮੈਂ ਜਦੋਂ ਵਾਪਸ ਆਇਆ ਮੈਂ ਉਸ ਨੌਜਵਾਨ ਦੀ ਮਾਂ ਨੂੰ ਦੱਸਿਆ ਮੈਂ ਕਹਾਂ ਮਾਂ ਮੈਂ ਤੇਰੇ ਪੁੱਤ ਨੂੰ ਮਿਲ ਕੇ ਆਂ ਤੇਰਾ ਪੁੱਤ ਜੀਂਦਾ ਐ ਫਰਾਂਸ ਦੇ ਵਿੱਚ ਕਹਿੰਦੀ ਮਾਂ ਇੰਨੀ ਖੁਸ਼ ਹੋਈ ਇੰਨੀ ਖੁਸ਼ ਹੋਈ ਕਿ ਉਹ ਫੁੱਲੀ ਨਹੀਂ ਸੀ ਸੁਮਾਰੀ 40 ਸਾਲ ਬਾਅਦ ਪੁੱਤ ਦੇ ਜਿਉਂਦੇ ਹੋਣ ਦੀ ਖ਼ਬਰ ਆਵੇ ਕਹਿੰਦਾ ਮੈਂ ਉਹਨੂੰ ਦੱਸਿਆ ਮਾਂ ਤੇਰਾ ਪੁੱਤ ਹੁਣ ਅੰਗਰੇਜ਼ੀ ਕੱਪੜੇ ਪਾਉਂਦਾ ਐ ਕਹਿੰਦੀ ਬੜੀ ਖੁਸ਼ ਹੋਈ ਕਹਿੰਦਾ ਮਾਂ ਤੇਰੀ ਪੁੱਤ ਨੇ ਵਿਆਹ ਵੀ ਉੱਥੇ ਗੋਰੀ ਨਾਲ ਕਰਾ ਰਿਆ ਬੜੀ ਖੁਸ਼ ਹੋਈ ਮਾਂ ਤੇਰੇ ਪੁੱਤ ਨੇ ਪੋਤਰੇ ਨੇ ਤੇ ਹੁਣ ਤੇ ਤੇਰਾ ਪੁੱਤ ਬੋਲਦਾ ਵੀ ਅੰਗਰੇਜ਼ੀ ਐ ਉੱਚੀ ਉੱਚੀ ਰੋਣ ਲੱਗ ਪਈ ਕਹਿੰਦੀ ਅੱਗੇ ਤੇ ਨਹੀਂ ਸੀ ਮਰਿਆ ਅੱਜ ਮਰਿਆ ਮਾਂ ਬੋਲੀ ਛੱਡ ਦਿੱਤੀ ਐ ਅੱਗੇ ਨਹੀਂ ਸੀ ਮਰਿਆ ਅੱਜ ਮਰ ਗਿਆ ਅੱਜ ਮੈਂ ਰਸਮਾਂ ਕਰੂੰਗੀ ਉਹਦੀ ਮੌਤ ਦੀਆਂ ਜਿਹੜੀ ਮੈਂ ਗੋਬੋਲੀ ਉਸ ਨੂੰ ਆਪਣੀ ਗੋਦ ਦੇ ਵਿੱਚ ਸਿਖਾਈ ਸੀ ਮੇਰੇ ਪੁੱਤ ਨੇ ਜੋ ਬੋਲੀ ਛੱਡ ਦਿੱਤੀ ਐ ਤੇ ਸੱਚ ਜਾਣਿਓ ਅਸੀਂ ਛੱਡਦੇ ਜਾ ਰਹੇ ਜੇ ਮੈਂ ਇਹ ਨਹੀਂ ਕਹਿੰਦਾ ਹਿੰਦੀ ਨਾ ਸਿੱਖੋ ਮੈਂ ਇਹ ਨਹੀਂ ਕਹਿੰਦਾ ਪੰਜਾਬੀ ਨਾ ਪੜੋ ਮੈਂ ਕਹਿੰਨਾ ਬਹੁਤ ਜ਼ਿਆਦਾ ਪੜੋ ਸਾਨੂੰ ਬਹੁਤ ਜ਼ਿਆਦਾ ਗਿਆਨ ਹੋਵੇ ਪਰ ਸਾਡੇ ਘਰਾਂ 'ਚ ਸਾਡੀ ਮਾਂ ਬੋਲੀ ਕਿਉਂ ਖਤਮ ਹੋਵੇ ਸਾਡੇ ਘਰਾਂ 'ਚ ਸਾਡੀ ਮਾਂ ਬੋਲੀ ਕਿਉਂ ਜਾਵੇ ਮੈਂ ਡਾਕਟਰ ਹਾਂ ਕਈ ਵਾਰੀ ਸਾਡੀਆਂ ਬੱਚੀਆਂ ਕੇ ਦਵਾਈ ਮੰਗਦੀਆਂ ਨਾ ਤੇ ਮੈਨੂੰ ਬੋਲੀ ਦੇ ਨਾਲੋਂ ਮਿਕਸ ਵੈਜੀਟੇਬਲ ਚੇਤੇ ਆਉਂਦੀ ਹੈ ਜਦੋਂ ਕਈ ਵਾਰੀ ਵਿਆਹ ਸ਼ਾਦੀਆਂ ਤੇ ਜਾਈਦਾ ਨਾ ਤੇ ਸਾਰੀਆਂ ਸਬਜ਼ੀਆਂ ਪਾ ਲਈਂ ਦੀਆਂ ਗਾਜਰਾਂ ਵੀ ਪਾ ਲੋ ਮਟਰ ਵੀ ਪਾ ਲੋ ਗੋਭੀ ਵੀ ਪਾ ਲੋ ਆਲੂ ਵੀ ਪਾ ਲੋ ਉਹਨੂੰ ਕਹਿੰਦੇ ਮਿਕਸ ਵੈਜੀਟੇਬਲ ਤੇ ਸਾਡੀ ਬੋਲੀ ਮਿਕਸ ਵੈਜੀਟੇਬਲ ਵਰਗੀ ਹੁੰਦੀ ਜਾ ਰਹੀ ਹੈ ਆ ਕੇ ਦਵਾਈ ਮੰਗਣ ਗਿਆ ਡਾਕਟਰ ਸਾਹਿਬ ਬੱਚੇ ਕੇ ਹੈਡ ਤੇ ਹੱਥ ਧੋ ਰੱਖ ਕੇ ਦੇਖੋ ਕਿੰਨਾ ਹੌਟ ਹੈ ਤਿੰਨ ਦਿਨ ਹੋ ਗਏ ਨਾ ਜੀ ਇਟਦਾ ਹੈ ਨਾ ਸਲੀਪਦਾ ਹੈ ਬਸ ਸਾਰਾ ਦਿਨ ਵੀ ਪਤਾ ਹੀ ਰਹਤਾ ਹੈ ਇਹ ਕਿਹੜੀ ਬੋਲੀ ਹੈ ਇਹ ਕਿਹੜੀ ਬੋਲੀ ਹੈ ਅਸੀਂ ਕਿਹਦੇ ਸਿੱਖ ਸੀ ਅਸੀਂ ਤਾਂ ਗੁਰੂ ਨਾਨਕ ਦੇ ਸਿੱਖ ਸੀ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਸੀ ਜਿਨ੍ਹਾਂ ਦੇ ਕੋਲ ਭਾਸ਼ਾ ਦਾ ਇੰਨਾ ਵੱਡਾ ਖਜ਼ਾਨਾ ਸੀ ਜਿਸ ਵਰਗੀ ਬੋਲੀ ਕੋ ਦੁਨੀਆ ਤੇ ਹੈ ਹੀ ਨਹੀਂ ਇਨੀ ਮਠਾਸ ਇਨੀ ਸਿਆਣਪ ਇੰਨਾ ਜਿਆਦਾ ਪਿਆਰ ਪੰਜਾਬੀ ਬੋਲੀ ਦੇ ਵਿੱਚ ਹੈ ਕਿਤੇ ਪੰਜਾਬੀ ਬੋਲੀ ਨੂੰ ਬੋਲ ਕੇ ਤਾਂ ਵੇਖੀਏ ਕਿਤੇ ਉਹਨੂੰ ਸਿੱਖ ਕੇ ਤਾਂ ਵੇਖੀਏ ਕਿਤੇ ਗੁਰੂ ਦੇ ਨਾਲ ਗੱਲਾਂ ਤਾਂ ਕਰਕੇ ਵੇਖੋ ਇਸ ਬੋਲੀ ਦੇ ਵਿੱਚ ਕਿੰਨਾ ਆਨੰਦ ਹੈ ਸੋ ਇਸ ਬੋਲੀ ਤੋਂ ਦੂਰ ਨਾ ਜਾਓ ਮੇਰੇ ਕਲਗੀਧਰ ਪਾਤਸ਼ਾਹ ਇਨ੍ਹਾਂ ਬੋਲੀਆਂ ਦੇ ਮਾਲਕ ਸੀ ਇਹ ਬੋਲੀਆਂ ਉਹਨਾਂ ਦੀ ਜ਼ੁਬਾਨ ਤੇ ਨੱਚਦੀਆਂ ਸੀ ਜਦੋਂ ਉਹ ਗੱਲ ਕਰਦੇ ਨੇ ਬਰਸ ਦੇ ਵਿੱਚ ਕਿ ਕਿੰਨੀ ਪਿਆਰੀ ਗੱਲ ਹੈ ਰਾਜ਼ਾਨ ਰਾਜ ਪਨਾਨ ਪਾਨ ਦੀਵਾਨ ਦੇਵ ਉਪਮਾ ਮਹਾਨ ਜਦੋਂ ਪੰਜਾਬੀ ਚ ਗੱਲ ਕਰਦੇ ਨੇ ਮਿੱਤਰ ਪਿਆਰੇ ਨੂੰ ਸਾਰੀ ਪੰਜਾਬੀ ਤੇ ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਦੇ ਨੇ ਕਹਿੰਦੇ ਨੇ ਕਿ ਹੁਸਨ ਅਲ ਸਮਾਲ ਅਸਤ ਰੌਸ਼ਨ ਜ਼ਮੀਰ ਖੁਦਾਵੰਦ ਮੁਲਕ ਅਸਤ ਸਾਹਿਬ ਅਮੀਰ ਕਿਤੇ ਪਾਸ਼ਾ ਦਾ ਗਿਆਨ ਤਾਂ ਵੇਖੋ ਦਸਮ ਪਾਸ਼ਾ ਦਾ ਔਰ ਦੁਨੀਆ ਦੇ ਲੋਕ ਹੈਰਾਨ ਨੇ ਮੈਂ ਬਹੁਤ ਕਵੀਆਂ ਨੂੰ ਮਿਲੇ ਆ ਮੈਂ ਕਹਿੰਦੀ ਜਾਪ ਸਾਹਿਬ ਵਰਗੀ ਕੋਈ ਰਚਨਾ ਰਚੀ ਜਾ ਸਕਦੀ ਹੈ ਕਹਿੰਦੇ ਜਿਹੜਾ ਸਿੰਘ ਅਵਲੋਕਣ ਸ਼ੰਦ ਹੈ ਨਹੀਂ ਰਚਿਆ ਜਾ ਸਕਦਾ ਕਹਿੰਦੇ ਪੰਜ ਤਾਂ ਜਾ ਕੇ ਅਜੇ ਹੈ ਅਲੇ ਹੈ ਅਬੂ ਹੈ ਅਜ਼ੂ ਹੈ ਕਹਿੰਦੇ ਪੰਜ ਛੇ ਮਲਾਪ ਤੋਂ ਬਾਅਦ ਗੱਲ ਖਤਮ ਹੋ ਜਾਂਦੀ ਹੈ ਧਨ ਕਲਗੀਧਰ ਪਾਤਸ਼ਾਹ ਨੇ ਧਨ ਕਲਗੀਧਰ ਪਾਤਸ਼ਾਹ ਸਿੰਘ ਲੋਕਨ ਸ਼ਬਦ ਦੀ ਉਹ ਸ਼ੈਲੀ ਸਿੱਖਾਂ ਨੂੰ ਦੇ ਦਿੱਤੀ ਹੈ ਅਗੋਂ ਉਗੋਂ ਅਰਗੰ ਅਗੰਗ ਓਗ ਹਰਤਾ ਇਹ ਚਾਰ ਸ਼ਬਦ ਚਾਰ ਪਛਾਵਾਂ ਦੇ ਨੇ ਅਜੇ ਤੱਕ ਦੁਨੀਆ ਦਾ ਕੋਈ ਪੋਇਟ ਪੈਦਾ ਨਹੀਂ ਹੋਇਆ ਜਿਹੜਾ ਚਾਰ ਪਛਾਵਾਂ ਦੇ ਸ਼ਬਦ ਨੂੰ ਮਿਲ ਕੇ ਸਿੰਘ ਲੋਕ ਨਿਸ਼ਾਨ ਦੇ ਵਿੱਚ ਸ਼ੰਦਾ ਬੰਦੀ ਕਰ ਸਕੇ ਅਸੀਂ ਆਪਣੀ ਬੋਲੀ ਤੋਂ ਦੂਰ ਜਾ ਰਹੇ ਹਾਂ ਅਸੀਂ ਆਪਣੀ ਮਾਂ ਬੋਲੀ ਤੋਂ ਦੂਰ ਜਾ ਰਹੇ ਹਾਂ ਖੈਰ ਗੱਲ ਤੋਪ ਦੀ ਚੱਲ ਰਹੀ ਸੀ